ਅਸੀਂ ਤਿੰਨ ਪਿੰਡ ਇੱਥੇ ਕੀਤੇ ਹੈ ਕਪਤਾਲੀ ਚੱਕਲਾ ਅਤੇ ਮਰੋੜੀ ਠੀਕ ਹੈ ਜੀ ਤਾਂ ਸਾਡਾ ਇੱਥੇ ਇਹੀ ਪਰਪਸ ਸੀਗਾ ਕਿ ਸਾਰੇ ਸਰਕਾਰੀ ਅਦਾਰੇ ਇੱਥੇ ਹੀ ਹਨ ਪਿੰਡ ਵਾਲਿਆਂ ਤੋਂ ਵੀ ਅਸੀਂ ਕੁਛ ਸਿੱਖ ਕੇ ਜਾਈਏ ਕਿ ਉਹਨਾਂ ਦੀ ਪ੍ਰਾਈਮਰੀ ਡਿਮਾਂਡ ਕੀ ਹੈਗੀ ਆ ਸਾਡੀ ਕੋਈ ਸਕੀਮ ਹੈਗੀ ਜੋ ਨਹੀਂ ਪਹੁੰਚ ਰਹੀ ਜਾਂ ਸਾਡੀ ਕੋਈ ਸਕੀਮ ਇਹੋ ਜਿਹਾ ਦੀ ਹੈ ਜੋ ਪਹੁੰਚ ਰਹੀ ਹੈ ਪਰ ਇੰਪਲੀਮੈਂਟ ਨਹੀਂ ਹੋ ਪਾ ਰਹੀ ਤਾਂ ਕਿਉਂ ਨਹੀਂ ਹੋ ਪਾ ਰਹੀ ਅਤੇ ਉਹਦੇ ਕੀ ਕਾਰਨ ਹੈਗੇ ਜਾਂ ਇਹਨਾਂ ਦੀ ਕੋਈ ਸਮੱਸਿਆ ਹੈ ਜਾਂ ਕਿਸੇ ਤਰੀਕੇ ਨਾਲ ਅਸੀਂ ਕੋਈ ਬਿਹਤਰ ਕਮਿਊਨਿਟੀ ਪਾਰਟੀਸਪੇਸ਼ਨ ਤੋਂ ਕੁਛ ਕਰ ਸਕਦੇ ਹਾਂ ਤਾਂ ਇਹੀ ਪਰਪਸ ਸੀਗਾ ਲੋਕਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਉਹਨਾਂ ਦੀ ਸਮੱਸਿਆਵਾਂ ਸੁਣੀ ਹੈਗੀ ਸਾਡੀ ਕੋਸ਼ਿਸ਼ ਰਹੂਗੀ ਕਿ ਜਿੰਨੀ ਛੇਤੀ ਹੋ ਸਕੇ ਉਹਨਾਂ ਦਾ ਹੱਲ ਕਰੀਏ ਅਤੇ ਉਹਨਾਂ ਦੇ ਕੁਛ ਸੁਝਾਅ ਲਏ ਹੈਗੇ ਉਹ ਵੀ ਸਾਡੀ ਕੋਸ਼ਿਸ਼ ਰਹੂਗੀ ਕਿ ਅਸੀਂ ਆਉਣ ਵਾਲੇ ਟਾਈਮ 'ਤੇ ਕਿਉਂਕਿ ਸਾਰੇ ਐਸ ਡੀ ਐਮਸ ਵੀ ਕਰ ਰਹੇ ਹੈਗੇ ਐਸ ਡੀ ਸੀ ਮੈਂ ਵੀ ਕਰ ਰਹੀ ਹਾਂ ਕਿ ਜਿੰਨਾ ਵੀ ਸਾਡੇ ਜ਼ਿਲ੍ਹੇ 'ਚ ਹੈਗੇ ਇੱਕ ਵਾਰੀ ਤਾਂ ਅਸੀਂ ਸਾਰੇ ਪਿੰਡ